ਲੋ ਬਾਈ ਚੱਲ ਪਿਆ ਕਹਿੰਦੇ ਪਿੰਡ ਵਾਲੇ ਖੇਤਾਂ ਵਿੱਚ ਵੀ ਰੇਹ ਦਾ ਕੰਮ ਤੇ ਬੰਦੇ ਆ ਬਾਈ ਵਿੜੇ ਪਏ ਮਿਕਸ। ਹਾਂ ਅੱਜ ਤੂੰ ਵੀ ਸਤਿ ਸ਼੍ਰੀ ਅਕਾਲ ਬੋਲ ਪਾਉਂਦਾ ਹੀ ਆ ਤੂੰ ਵੀ ਮਾਲ ਜਾਣੀ ਕਸਰ ਤਾਂ ਨੀ ਦੱਸ ਦੇ। ਨਹੀਂ ਨਹੀਂ ਕਸਰ ਨੀ ਹੈਗਾ, ਇੰਨਾ ਮਾਲ ਕੋਈ ਨੀ ਪਾਉਂਦਾ ਬਾਈ। ਹਾਂ ਮਾਲੇ ਤੁਸੀਂ ਬਹੁਤ ਪਾਏ ਆ, ਦੇਖੀ ਤੇਰਾ ਹੇਠਾਂ ਲੰਗਰ ਜੀ ਰਾਜੂ। ਚੱਲ ਰਾਜੂ ਇੱਕ ਗੇਲਾ ਹੀ ਪੈਣਾ ਘਾਣਾ ਹੈ ਤਗੜਾ। ਹਾਂ ਹਾਂ ਤੇ ਸਾਡਾ ਕੰਮ ਖਰਾਬ ਹੋ ਜਾਂਦਾ। ਚੱਲ ਬਾਈ ਚੱਕ ਦੇ ਫੱਟੇ ਮੇਰੇ ਬਾਬੇ ਦਾ ਨਾਂ। ਰਾਜੂ ਨੇ ਝੋਲੀ ਵਧੀਆ ਲਿਆਂਦੀ। ਆਹ ਝੋਲੀ ਹੈ ਵਧੀਆ, ਦੇਖੀ ਤਾਂ ਜ਼ੋਰ ਵੀ ਨੀ ਲੱਗਦਾ ਹੁਣ। ਲੈ ਐਨ ਪੈ ਗਈ ਕੱਛ ਚਾਹ ਦੇ ਰੱਸੀ ਪਾ ਕੇ ਲੰਬੀ ਕਰ ਲਈ ਇਹਨੇ। ਠੀਕ ਹੈ ਲੋ ਬਾਈ ਡਬਲੇ ਪਾਉਂਗੇ। ਹਾਂ ਹਾਂ ਡਬਲੇ ਸਿੰਗਲ ਨੀ ਮੈਂ ਕਹਿੰਦਾ। ਲੋ ਬਾਈ ਇੱਧਰ ਬੱਟਾਂ ਅਸੀਂ ਲਿਪਦੀਆਂ ਤੀਆਂ ਬਣਾਤੀਆਂ ਤੀਆਂ ਹੈ ਨਾ, ਤੇ ਇੱਧਰ ਮਲਕੀਤ ਬਾਈ ਨੇ ਬਾਈ ਕੱਦੂ ਕਰਤਾ ਸਲਾਬਾ ਚੜ ਜਾਂਦਾ ਖੇਤ ਦਾ। ਤਾਂ ਤਾਂ ਤੇ ਪਾਣੀ ਨੀ ਲਾਇਆ ਹੈਗਾ ਵਿੱਚ, ਜੇ ਪਾਣੀ ਪਾ ਦਿੰਦਾ ਤਾਂ ਉਹਨਾਂ ਚ ਠੀਕ ਰਹਿੰਦਾ ਹੈ। ਲੋ ਬਾਈ ਗਾਹਾਂ ਇਹਨਾਂ ਨਾਲ ਜਾਣਾ ਨੀ ਆਪਾਂ ਨੇ, ਪਿੱਛੇ ਕਰਦੇ ਆ ਦੂਏ ਉੱਧਰ ਦੀ ਖੇਤ ਦੀ ਤਿਆਰੀ, ਤੇ ਇੱਧਰ ਬਾਈ ਆ ਲਾਗ ਪ੍ਰਧਾਨ ਲਾਗੇ ਹਰਿਆਈ ਮਾਨ ਪੂਰੇ। ਆਹ ਦੇਖੋ ਦੇਖਣਾ ਤੇ ਉਹ ਚੱਲ ਰਹੇ ਆ, ਤੇ ਮੌਸਮ ਬਾਈ ਹੈਗਾ ਏ ਆਪਣਾ ਪੂਰਾ ਬੱਦਲਬਾਈ ਹੋਈ ਵੀ ਹੋ ਚਲੇ ਗਏ, ਤੇ ਉੱਧਰ ਦਿਖਾਉਂਦਾ ਆਪਾਂ ਕਿਹੜਾ ਖੇਤ ਹੈ ਕਰਨਾ ਉਹ ਤਿਆਰ। ਮੋਟਰ ਪਰ ਵੀ ਬਾਈ ਹੁਣ ਪੂਰੀ ਹਰਿਆਈ ਹੋਈ ਵੀ ਹੈ, ਵਿਊ ਦੇਖੋ ਬਾਕੀ ਬਾਈ ਸਾਰੇ ਬਹੁਤ ਵਧੀਆ। ਦਿਖਾਉਂਦਾ ਬਾਈ ਮੈਂ ਤੁਹਾਨੂੰ ਹੁਣ ਚੱਲ ਕੇ ਆਪਣਾ ਇੱਕ ਖੇਤ ਰਹਿ ਗਿਆ ਪਨੀਰੀ ਵਾਲਾ, ਉਹਦਾ ਵੀ ਅੱਜ ਆਪਾਂ ਨੇ ਕੰਡਾ ਜਿਹਾ ਕੱਟ ਦੇਣਾ। ਠੀਕ ਹੈ ਓਏ ਬਾਈ ਉਹ ਸਾਹਮਣੇ ਖੇਤ ਹੈ, ਤੇ ਨਾਲ ਦੀ ਨਾਲ ਆਪਾਂ ਨੇ ਬਾਈ ਅੱਜ ਰੋਟਾਵੇਟਰ ਅੱਜ ਨਹੀਂ ਜਾਂ ਕੱਲ੍ਹ ਨੂੰ ਧੋ ਦੇਣਾ ਭੈਣ ਨਾਲ ਦੇ ਕਰਕੇ ਆਉਣਾ ਉੱਧਰ ਗਾਰਾ ਖੇਤ 'ਚ, ਉਹਨਾਂ ਨੂੰ ਵੀ ਪੁੱਛ ਲੈਣਾ ਇਹ ਵੀ ਲਿਬੜੇ ਖੜਾ ਕਾਫੀ ਦਿਨ ਦਾ, ਤੇ ਬਾਈ ਆ ਰਹਿ ਗਿਆ ਖੇਤ ਇਕੱਲਾ ਬਸ। ਠੀਕ ਆ ਦੇਖੋ ਇਹਦਾ ਵੀ ਕੰਮ ਨਿਬੇੜ ਦੇਣਾ ਆਪਾਂ ਨੇ ਅੱਜ, ਅਮਨ ਪਾਣੀ ਛੱਡ ਦੂਗਾ ਇਹਨੂੰ ਹੁਣ। ਅਤੇ ਉੱਧਰ ਬਾਈ ਬੂਟੇ ਵਿਕ ਗਏ ਰਾਜੂ ਬਾਈ ਦੇ, ਉਹ ਵੀ ਛੋਟੇ ਛੋਟੇ ਬਾਜਰੇ ਨੂੰ ਵਾਢਾ ਲਾ ਲਿਆ ਉਹਨੇ। ਹਾਂ ਦੇਖੋ ਇੱਧਰ ਵੀ ਬਾਈ ਬੜਾ ਦੇਖੀ ਬੱਚਾ ਬੱਚਾ ਜਾਈ ਰੰਗ ਤਾ ਹੈ। ਮੇਰੀ ਸਲਾਹ ਵੀ ਦੋ ਕੁ ਦਿਨ ਵਿੱਚ ਇਹਨੂੰ ਚੁੱਕ ਕੇ ਖੇਤ ਬਾਦਮ
ਛੋਟਾ ਛੋਟਾ ਤਾਂ ਹੀ ਲੱਗ ਗਿਆ ਮੁੰਡਾ। ਕਿੰਨੇ ਦਾ ਕਰਤਾ ਸੌਦਾ? ਸੌਦਾ ਇੱਕ ਟੀ ਦਾ ਹੋਗਾ ਇਹਨਾਂ ਦਾ। ਚਲੋ ਬਾਈ ਠੀਕ ਆ। ਕਿੰਨੀ ਜਗ੍ਹਾ ਇਹ? ਕਿੰਨੀ ਜਗ੍ਹਾ? ਅੱਠ ਬੱਲੇ ਬੱਲੇ ਤਾਂ 10-12 ਲੱਖ ਨੂੰ ਕੀ ਰੇਟ ਪਾ ਦਿੱਤਾ ਕੰਮ ਪਾਣੀ ਲਾਈ ਗਿਆ ਵਿਕ ਜਾਵੇ ਵਿਕ ਜਾਵੇ ਪਹਿਲਾਂ ਦੇ ਸੌਦਾ ਹੋਇਆ ਨੀ ਹੈਗਾ ਇਹਦਾ ਬੀਜਿਆ ਦਾ ਵੀ ਚੱਲ ਬੂਟੇ ਬਟਨ ਮਹਾਂ ਲੱਗ ਗਿਆ ਜੇ ਨਾ ਹੋਇਆ ਤਾਂ ਮੁੜ ਕੇ ਰੇਹੂ ਪਾਇਆ ਨੀ ਹੈਗਾ। ਬਾਜਰੇ ਵੀ ਵਧੀਆ ਇਹ 400 ਰੁਪਏ ਕਿਲੋ ਵਾਲਾ ਦਾ 600 ਦੇ ਬਰਾਬਰ ਜਾਂਦਾ ਵਧੀਆ ਹੇਠਾਂ ਦਾ ਜੜ ਮੋਟੀ ਦੀ। ਚਲੋ ਬਾਈ ਥੋੜਾ ਬੂਟਾ ਮਾਰਿਆ ਜਿਹੜਾ ਬਾਹਰਲੇ ਪਾਸੇ ਦਾ ਬੂਟਾ ਸੋਹਣਾ ਵਧੀਆ ਹੁੰਦਾ। ਚੱਲ ਰਿਹਾ ਕੰਮ ਤੇ ਇੱਧਰ ਹੈ ਬਾਈ ਹੁਣ ਪਨੀਰੀ ਵਾਲੇ ਆਹ ਪੂਰੀ ਪੱਟ ਲੈ ਗਿਆ ਤਾ ਓਵਨੀ ਦੀ ਬਸ ਆਉਣਾ ਬਾਈ ਖੇਤ ਸਾਰੇ ਅੱਜ ਟੋਟਲੀ ਲਾ ਦੇਣਾ ਆਪਾਂ ਨੇ। ਹਾਂ ਬਾਈ ਬਾਕੀ ਬਾਈ ਦੇਖ ਲਓ ਮੀਂਹ ਪੈਣ ਕਰਕੇ ਪਹੀ ਦਾ ਕੀ ਹਾਲ ਟਰੈਕਟਰ ਆਈ ਜਾਈ ਜਾਂਦੇ ਔਰ ਇਹਨੂੰ ਬਾਰ ਬਾਰ ਅਤੇ ਉਸ ਕਰਕੇ ਜ਼ਿਆਦਾ ਚਿਕਨ ਚਿਕੜੀ ਜੀ ਹੋਈ ਵੀ ਹੈ। ਚਲੋ ਬਾਕੀ ਮਿਲਦੇ ਆ ਬਾਈ। ਲਓ ਬਾਈ ਆਪਣੇ ਖੇਤਾਂ ਤੋਂ ਬਾਅਦ ਪਹੁੰਚ ਗਏ ਆਪਣੀ ਭੈਣ ਦੇ ਪਿੰਡ ਅਤੇ ਉੱਧਰ ਖੜਾ ਬਾਈ ਉਹ ਭੈਣ ਦਾ ਟਰੈਕਟਰ ਅਤੇ ਇੱਧਰ ਮਾਸੜ ਜੀ। ਮਾਸੜ ਜੀ ਸਤਿ ਸ਼੍ਰੀ ਅਕਾਲ ਬਾਈ। ਮਾਸੜ ਕਹਿੰਦਾ ਮੈਂ ਵੀ ਤੇਰੇ ਮੂਹਰੇ ਬਿੜਨਾ ਅਤੇ ਮੈਂ ਬਾਈ ਲੱਗੂੰਗਾ ਪਿੱਛੇ ਪਿੱਛੇ ਰੋਟਾਵੇਟਰ ਨਾਲ ਵਾਹੁਣ। ਆ ਖੁੰਜਾ ਖਾਂਜਾ ਜੇ ਪੱਧਰੇ ਕਰ ਦਵਾਂ ਜੀ ਠੀਕ ਆ। ਅਤੇ ਬਾਈ ਮਾਸੜ ਨੇ ਬੂਟੇ ਹੀ ਬੂਟੇ ਕਰਤੇ ਇੱਧਰ ਵਿੱਚ ਬਾੜ ਲੱਗੀ ਵੀ ਜੀ। ਕਿੰਨੀਆਂ ਲੈਣਾ ਗਿਰਤੀਆਂ? ਲੈਣਾ ਕਿਆ ਦੋ ਗੱਡੀਆਂ ਕੱਢਤੀਆਂ ਅੱਤੀ ਭਾਨੀ ਅੱਜ। ਅੱਛਾ ਦੋ ਗੱਡੀਆਂ ਬੰਦੇ ਕਿੰਨੇ ਇਹ? 13 13 ਬੰਦੇ ਆ ਫਿਰ ਤਾਂ ਪੜਾਂਗੇ ਠਾਲੇ ਪਏ ਪੂਰੇ ਇਹਨਾਂ ਨੇ ਹੈਂ। ਚਲੋ ਬਾਈ ਚੱਲ ਰਿਹਾ ਕੰਮ ਅਤੇ ਹੁਣ ਅਸੀਂ ਕੱਢਣਾ ਸੰਦੇ ਬਾਹਰ ਇੱਕ ਆਹ ਸੁਹਾਗਾ ਆਹ ਬਾਈ ਹਾਲ ਉਹ ਤਵੀਆਂ ਨਾਲ ਪੈ ਜਾਣੀਆਂ ਪਹਿਲਾਂ ਇਹਨਾਂ ਪਰੇ ਲਾਉਣਾ ਪੈਣਾ ਅੱਧਾ ਘੰਟਾ। ਅਤੇ ਬਾਈ ਇੱਥੇ ਵੀ ਮੈਂ ਤੁਹਾਨੂੰ ਦੱਸਦਾ ਇਹ ਜ਼ਮੀਨ ਆ ਬੂਟੇ ਬਹੁਤ ਫੜਦੀ ਹੈ ਨਾ ਮਾਸੜ ਜੀ ਆਪਣੀ। ਅਤੇ ਬਾਈ ਇਹ ਵੀ ਜ਼ਮੀਨ ਜਿਹੜੀ ਬੂਟੇ ਬਹੁਤ ਫੜਦੀ ਆ ਦੇਖੋ ਇਸ ਵਾਰੀ ਦੇ ਬੂਟੇ ਲੱਗੇ ਹੋਏ ਆ ਹਾਲੇ ਇਹ 30 ਮਹੀਨਾ ਬੂਟਿਆਂ ਨੂੰ ਆ ਮਾਰਚ ਅਪ੍ਰੈਲ ਮਈ ਜੂਨ ਚੌਥਾ ਮਹੀਨਾ ਜੀ। ਅਤੇ ਆਹ ਦੇਖੋ ਬਾਈ ਬੂਟੇ ਅਤੇ ਵਿੱਚੇ ਵਿੱਚ ਮੱਕੀ ਅਤੇ ਬਾਕੀ ਬਾਈ ਆਹ ਸ਼ੌਕੀਨ ਤਾਂ ਸਾਡਾ ਪੁਰਾਉਣਾ ਬਾਈ ਬਹੁਤ ਉਰੇ ਬਾਗ ਲਾਇਆ ਵਾ ਉਹਨੇ ਮੋਟਰ ਪਰ ਆਖੜਾ ਬਾਈ ਬੇਰੀ ਦਾ ਦਰਖਤ ਇਹ ਹੁਣ ਅਸੀਂ ਛਾਂਗੀ ਜਾਂਦੇ ਹਾਂ ਚਲੋ ਹੋ ਹੀ ਜਾਂਦਾ। ਅਤੇ ਬਾਈ ਆਹ ਖੜਾ ਕਿੰਨੂ ਦਾ ਬੂਟਾ ਜਿਹਨੂੰ ਆਪਾਂ ਕਿੰਨੂ ਸੰਤਰਾ ਜਿਹਾ ਕਹਿ ਦਿੰਦੇ ਹਾਂ ਦੇਖੋ ਬਾਈ ਦੇਖਣਾ ਹੀ ਅਤੇ ਇੱਧਰ ਬਾਹੀ ਚੱਲ ਪਈ ਬਾਕੀ ਚੱਲੀ ਜਾਣਾ ਨਾਲ ਦੀ ਨਾਲ ਕੰਮ ਬਾਈ। ਹੋਰ ਮੈਂ ਤੁਹਾਨੂੰ ਦਿਖਾਉਂਦਾ ਵਿੱਚ ਬੂਟੇ ਬਹੁਤ ਬਚੇ ਹੋਏ ਆ ਜਿਹੜੇ ਬੂਟਿਆਂ ਦੀ ਆੜ 'ਚ ਆ ਗਿਆ ਇਹ ਬਾਈ ਨਿੰਬੂ ਦਾ ਕਾਰਚੀ ਨਿੰਬੂ ਖੜਾ ਦੇਖੋ ਆਹ। ਅਤੇ ਬਾਈ ਆਹ ਚੀਕੂ ਦਾ ਬੂਟਾ ਤਾਂ ਇਹਦੇ ਪਰ ਤਾਂ ਖਾਧੇ ਆ ਚੀਕੂ ਹੁਣ ਕੋਈ ਹੈ ਨਹੀਂ ਨਹੀਂ ਤੁਹਾਨੂੰ ਦਿਖਾ ਦੇਣਾ ਤਾਂ ਪੱਕਿਆ ਵਾ। ਅਤੇ ਬਾਈ ਬੂਟਿਆਂ ਜੰਗਲਾਂ ਵਾਲੇ ਖੇਤ ਇੱਧਰ ਸਾਰੀ ਟੋਟਲੀ ਟਰੈਕਟਰ ਆਪਣਾ ਆ ਕੇ ਖੜ ਗਿਆ ਬਾਈ ਭਾਣਜਾ ਨਹੀਂ ਆਇਆ ਘਰ 'ਤੇ ਉਹਨੂੰ ਵੀ ਫੋਨ ਕਰਦੇ ਆ ਚਲੋ ਚੱਲ ਰਿਹਾ ਕੰਮ। ਇੱਧਰ ਲੇਬਰ ਪਈ ਬਾਈ ਬੂਟੇ ਪੱਟਣ ਵਾਲੀ ਸਾਰੇ ਚਲ ਚਲੋ ਚੱਲੀ ਜੀ ਫਿਰ ਹਾਂ ਪਏ ਹੈ ਦਮ ਟੁੱਟ ਜਾਂਦਾ ਠੀਕ ਨਹੀਂ ਬੂਟਿਆਂ ਨੂੰ ਗੱਡੀ ਭਾਨੀ ਹੈ। ਹਾਂ ਬਾਈ ਬਾਈ ਮਾਸੜ ਜੀ ਨੇ ਇੱਧਰ ਸਾਰਾ ਕੰਮ ਕਰਾਇਆ ਵਾ ਵਿੱਚ ਵਿੱਚ ਹਾਲ ਦੀ ਵੀ ਦੇਖੋ
ਹਲਦੀ ਦੱਬੀ ਵੀ ਵਿੱਚੇ ਭਿੰਡੀਆਂ। ਚਲੋ ਜੀ ਫਿਰ ਖਿੱਚੀ ਆਪਾਂ ਆਪਣਾ ਕੰਮ। ਲੋ ਬਾਈ ਬੰਦੇ ਬੈਠੇ ਸਾਡੇ ਇੱਧਰ। ਹਾਂ ਬਈ ਕਿਆ ਲਿਖਿਆ ਜੀ ਇਹ ਦੱਸੋ ਉੱਧਰ। ਲੋ ਬਾਈ ਇਹ ਜਸ਼ਨ ਕਾਹਦਾ ਹੈ ਭਲਾ? ਇਹ ਜਿਹੜੀ ਮੈਂ 5th ਚ ਫਸਟ ਆਈ ਸੀ। ਹੁਣ ਦਿੱਤਾ ਨਾ ਬਾਈ ਪੁਰਾਣੇ ਸਕੂਲ ਤੋਂ ਵਿੱਚੋਂ ਛੁੱਟੀਆਂ ਤੇ ਬਾਅਦ ਮੈਡਲ ਦਿਖਾ ਪਹਿਲਾਂ। ਇਹ ਪੰਮੂ ਦੇ ਪਾ, ਪੰਮੂ ਨੇ ਤੇਰੇ ਨਾਲ ਉੱਥੇ ਲੜਾਈ ਲੜਦਾ ਤਾਂ ਤੂੰ ਆਹ ਪੜ੍ਹਦੀ ਸੀ, ਦਿਖਾਈ ਨਾ। ਵੱਲੇ 2024 ਚੱਲੀ ਖੁਰਦ ਰੋਪੜ। ਪੰਮੂ ਕਿਹਨੂੰ ਨੰਬਰ ਪੜਤਾ? ਆਲਾ ਚਾਚਾ ਲੱਗਿਆ ਦੇਖਣ ਕੁੜੀ ਦਾ ਬਈ ਕਿਆ ਲਿਆ, ਕਿਆ ਲਿਆ ਜੀ। ਥੋੜਾ ਬਹੁਤ ਵਿੱਚ ਪੈਨਸਲ ਕੱਢੀ ਦਿਖਾਈ। ਲੋ ਬਾਈ ਜਸ਼ਨ, ਚਲੋ ਚਾਹੇ ਸਮਾਨ ਥੋੜਾ ਹੀ ਹੈ ਪਰ ਜਮੈਟਰੀ। ਅੱਛਾ ਲੋ ਬਾਈ ਜਮੈਟਰੀ ਪੈਨਸਲਾਂ ਚ ਸਨ। ਲੋ ਬਾਈ ਪੈਨਸਲਾਂ ਨਾਲ ਵੀ ਭਰੀ ਪਈ ਆ ਡੱਬੀ। ਕਿੰਨੀਆਂ? ਅੱਧੀਆਂ ਵੀਰ ਜੀ ਦੀਆਂ ਹਨਾ? ਵੀਰ ਜੀ ਤੇਰੀਆਂ ਅੱਧੀਆਂ? ਲੈ ਹਾਂ ਕਾਫੀ ਬੜੀ। ਲੋ ਬਾਈ ਕਰ ਰਜਿਸਟਰ। ਚਲੋ ਸਕੂਲ ਵਾਲਿਆਂ ਦਾ ਜੀ ਬਾਈ ਧੰਨਵਾਦ ਵੀ ਬੱਚਿਆਂ ਨੂੰ ਜਿਹੜਾ ਇਹ ਵੀ ਮਨ ਖੁਸ਼ ਹੋ ਜਾਂਦਾ। ਚਲੋ ਚਾਹੇ ਚੀਜ਼ ਜਿਹੜੀ ਮਰਜ਼ੀ ਹੈ। ਆਹ ਅੱਗੇ ਬਾਈ ਬਹੁਤ ਜਮੈਟਰੀਆਂ ਦਿੱਤੀਆਂ ਸੀ, ਸਾਰਾ ਸਮਾਨ ਹੈ ਡੀ ਪ੍ਰਕਾਰ।
ਠੀਕ ਨੀ, ਇੱਥੇ ਦੂਰ ਰੱਖੀ ਜਾਣੀ, ਇਹਨੇ ਪਤਾ ਨੀ ਕਦ ਕੱਢਦੇ ਨੀ ਕਿਸੇ ਦੇ। ਠੀਕ ਨੀ, ਲੋ ਬਾਈ ਤਾਂ ਮੈਡਮ ਕਿਆ ਕਹਿੰਦੀ ਤੈਨੂੰ ਦੇ ਕੇ ਇਹ? ਲੋ ਬਾਈ ਚਲੋ ਬੱਚੇ ਖੁਸ਼ ਆ, ਇੱਕ ਨਾ ਹੀ ਖੁਸ਼ ਰਹੇ ਮਹਾਰਾਜ, ਚੜ੍ਹਦੀਆਂ ਗੱਲਾਂ ਚ ਰੱਖੇ ਇਹਨਾਂ ਨੂੰ ਇੱਕ ਨੇ।